ਦੇਵਾਂਗੇ। ਹਲੋ ਪਹਿਲਾਂ ਇਹ ਦੱਸ ਵੀ ਤੂੰ ਕਰ ਕੀ ਲੈਣਾ? ਹਾਂ ਕੰਮ ਕੀ ਆਉਂਦਾ ਤੈਨੂੰ? ਮੈਂ ਕਹੀ ਸਾਡਾ ਤਾਂ ਇੱਕੋ ਹੀ ਕੰਮ ਹੈ। ਉਹ ਕਿਹੜਾ? ਉਹ ਪੱਕਾ ਕੰਮ ਹੈ ਕਿਹੜਾ? ਉਹ ਜੱਬਿਆਂ ਪੁਸਤਾਂ ਤੋਂ ਉਹੀ ਕਰਦੇ ਆ। ਉਹ ਹੈ ਕਿਹੜਾ? ਭੰਡੀ ਪ੍ਰਚਾਰ ਦਾ, ਇਹਦਾ ਹੀ ਖੱਟਿਆ ਖਾਈਦਾ, ਇਹਦੇ ਨਾਲ ਹੀ ਚੱਲਦੇ ਅਸੀਂ ਤਾਂ, ਉਹ ਇਹੀ ਕਰੀ ਜਾਈਦਾ। ਉਹ ਤੁਸੀਂ ਕਰਾਉਣਾ ਤੇ ਦੱਸੋ, ਸਾਡੇ ਮਗਰ ਆਪ ਦਾ ਨੀ ਕੁਛ ਚੱਲਦਾ ਗਾ, ਅਸੀਂ ਤਾਂ ਆਪ ਬੰਦਾ ਵਿਗਾੜ ਕੇ ਫਰੀਦਕੋਟ ਮੈਂ ਜਾ ਕੇ ਵੇਖਿਆ ਮਾਹੌਲ ਮਾਹੌਲ ਜਾ। ਅੱਛਾ ਕੀ ਮਾਹੌਲ ਹੈ? ਓਏ ਉੱਥੇ ਤਾਂ ਭਾਜਪਾ ਅੱਗੇ ਆ। ਭਾਜਪਾ ਅੱਗੇ ਆ? ਆਹੋ ਲੈ ਲਾਂਤੀ, ਉਹਨਾਂ ਦਾ ਬਿੱਲ ਪਾਸ ਕੀਤੇ ਸੀ ਕਿਸਾਨਾਂ ਵਿਰੁੱਧ। ਆਹੋ ਭਾਜਪਾ ਕਿਵੇਂ ਅੱਗੇ ਆ? ਇਸੇ ਗੱਲ ਕਰਕੇ ਤਾਂ ਭਾਜਪਾ ਅੱਗੇ ਆ। ਹਲਾ ਉਹ ਕਿਵੇਂ? ਉਹ ਜਿਹੜੇ ਪਿੰਡ ਜਾਂਦੇ ਆ ਭਾਜਪਾ ਵਾਲੇ ਅੱਗੇ ਅੱਗੇ ਕਿਸਾਨ ਉਹਨਾਂ ਦੇ ਪਿੱਛੇ ਪਿੱਛੇ, ਪਿੰਡ ਵੜਨ ਹੀ ਨਹੀਂ ਦਿੰਦੇ ਹੈਗੇ। ਉਹ ਕਹਿੰਦੇ ਅਸੀਂ ਵੜਨ ਨਹੀਂ ਦੇਣਾ, ਉਹ ਤੁਸੀਂ ਤੰਗ ਬੜਾ ਕੀਤਾ ਜੀ, ਸਾਨੂੰ ਦਿੱਲੀ ਭਾਈ ਰੱਖਿਆ ਜੀ। ਉਹ ਯਾਰ ਕੀ ਤੁਸੀਂ ਵੀ ਆਈ ਕਰਨੀ, ਇਹਨਾਂ ਨੂੰ ਬਸ ਟੋਲ ਬੂਥਾਂ ਦੇ ਭਾਈ ਰੱਖਿਓ, ਵੋਟ ਨਾ ਜੇ ਪਾ ਦਿਓ। ਸਾਰੇ ਸਿੰਗਰ ਹੀ ਖੜੇ ਆ, ਪਹਿਲਾਂ ਸਿੰਗਰ ਬਣਾਂਗੇ, ਸਿੰਗਰਾਂ ਨੂੰ ਟਿਕਟ ਛੇਤੀ ਮਿਲ ਜਾਂਦੀ, ਇਸ ਕਰਕੇ ਫਿਰ ਮੈਂ ਢੋਲਕੀ ਤੇ ਵਾਜਾ ਲਿਆਇਆ, ਹੁਣ ਉਹ ਵਜਾਉਣੇ ਆ, ਨਾਲ ਇੱਕ ਬੰਦਾ ਰੱਖਿਆ ਜੀ। ਲੈ ਲਾਂਤੀਆ ਮੈਂ ਹੋਰ ਸੁਣਿਆ ਏ, ਕਹਿੰਦੇ ਫਰੀਦਕੋਟ ਚ ਮੁਕਾਬਲਾ 3 ਗੁਣਾ ਹੋਇਆ ਪਿਆ। ਉਹ 3 ਗੁਣਾ ਮੁਕਾਬਲਾ ਹੋ ਗਿਆ, ਪਰ ਹੁਣ ਉੱਥੇ 4 ਗੁਣਾ ਚਾਹੀਦਾ ਸੀਗਾ। ਹੋ ਕਿਵੇਂ? ਆ ਲਾਂਤੀਆ ਦੇਖ ਲਾ, ਆ ਕਾਂਗਰਸ ਵੱਲੋਂ ਸਦੀਕ ਸਾਹਿਬ ਖੜ ਗਏ ਉੱਥੇ, ਆ ਖੜੇ ਨੇ ਭਾਜਪਾ ਲੋਕ ਹੰਸਰਾਜ ਸਾਹਿਬ ਖੜੇ ਆ, ਖੜੇ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਜੀ ਖੜੇ ਵੀ ਖੜੇ ਨੇ। ਉਹ ਇੱਕ ਉਮੀਦਵਾਰ ਹੋਰ ਹੋਣਾ ਚਾਹੀਦਾ ਸੀ। ਉਹ ਕਿਹੜਾ? ਉਹ ਬੜਾ ਫੇਮਸ ਸੀ। ਉਹ ਹੈ ਕਿਹੜਾ? ਉਹ ਬਹੁਤ ਚੱਲਦਾ। ਚੱਲਦਾ ਕਿਹੜਾ? ਉਹ ਜੇ ਉਹਨੂੰ ਲਾ ਦਿੰਦੇ ਉਹਨੇ ਵੀ ਜਿੱਤ ਜਾਣਾ ਸੀ। ਉਹ ਹੈ ਕਿਹੜਾ? ਸਾਗਰ ਦੀ ਵਹੁਟੀ, ਬੜੀ ਗੱਡੀ ਭਜਾਈ ਫਿਰਦੀ, ਦੇਸ਼ ਵੀ ਭਜਾਈ ਫਿਰਨਾ ਸੀ ਉਹਨੇ, ਇਹ ਕਰਕੇ ਤਾਂ ਮੈਂ ਕਹਿੰਦਾ ਉਹ ਹੋਣਾ ਚਾਹੀਦਾ ਸੀ। 4 ਗੁਣਾ ਕਰ ਦਿੰਦੇ ਮੁਕਾਬਲਾ। ਮੈਨੂੰ ਕਿਸੇ ਨੌਕਰੀ ਲਾਓ। ਫੇਰ ਉਹ ਕਹਿੰਦੇ ਵੀ ਤੂੰ ਕਰਦਾ ਕੀ ਹੈ? ਹਾਂ ਕੰਮ ਕੀ ਆਉਂਦਾ ਤੈਨੂੰ? ਮੈਂ ਕਿਹਾ ਜੀ ਅਸੀਂ ਭੰਡੀ ਪ੍ਰਚਾਰ ਦਾ ਕੰਮ ਕਰੀਦਾ, ਜੁਗਤਾਂ ਜਗਤਾਂ ਸੁਣਾਈ ਦੀਆਂ। ਹਲਾ ਫਿਰ ਨੌਕਰੀ ਮਿਲ ਗਈ ਤੈਨੂੰ? ਉਹ ਨੌਕਰੀ ਨਹੀਂ ਮਿਲੀ, ਉਹ ਕਹਿੰਦੇ ਜੇ ਜੁਗਤਾਂ ਸੁਣਾਉਣਾ ਤਾਂ 2-3 ਜੁਗਤਾਂ ਸੁਣਾ। ਅੱਗਿਓ? ਉਹ ਮੈਂ ਉਹਨੂੰ ਜੁਗਤਾਂ ਸੁਣਾਈਆਂ ਮੁੱਖ ਮੰਤਰੀ ਨੂੰ, ਤੇ ਅੱਗਿਓ ਅੱਗਿਓ ਮੈਨੂੰ 5-7 ਚੁਟਕਲੇ ਸੁਣਾ ਗਿਆ ਜੀ, ਹੱਥ ਹਸਾ ਕੇ ਜੇ ਆ ਗਏ ਆ। ਆਏ ਦਾ ਕੁਛ ਕਰੀ ਜਾਈਦਾ, ਬਸ ਲਾਂਤੀ ਨਾ ਹੋਵੇ। ਤੈਨੂੰ ਨੌਕਰੀ ਮਿਲੀ ਨੀ? ਨਾ ਨਾ ਨਾ। ਉਹ ਲਾਂਤੀ ਆ,
ਆ ਤੂੰ ਪਿੱਛੇ ਜੇ ਭਰਤੀ ਵੀ ਦੇਖਣ ਗਿਆ ਸੀ ਪੁਲਿਸ ਦੀ? ਆਹੋ ਹਾਂ, ਉਹ ਪਿੱਛੇ ਜੇ ਮੈਂ ਭਰਤੀ ਵੇਖਣ ਉੱਠ ਗਿਆ ਪੁਲਿਸ ਦੀ, ਫਿਰ ਗੱਲ ਬਣੀ? ਉਹ ਗੱਲ ਕਾਹਦੀ ਬਣੀ, ਜਦੋਂ ਭਰਤੀ ਵਿਖਾਉਂਦੇ ਆ ਤੇ ਵੱਡੀਆਂ ਵੱਡੀਆਂ ਲਾਈਨਾਂ ਲਾ ਦਿੰਦੇ ਆ, ਲਾਈਨਾਂ ਲੱਗਦੀਆਂ ਉੱਥੇ, ਉਹ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਲਾਤੀਆਂ। ਹਲਾ ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਬਾਈ ਜੀ ਤੁਸੀਂ ਕੌਣ? ਤੁਸੀਂ ਕੌਣ? ਉਹ ਕਹਿੰਦਾ ਮੈਂ DGP ਦਾ ਸਾਲਾ। ਵੱਡੇ ਬੰਦੇ ਆਏ ਹੋਏ ਆ। ਮੈਂ ਦੂਜੇ ਨੂੰ ਪੁੱਛਿਆ, ਦੂਜਾ ਕੀ ਕਹਿੰਦਾ? ਮੈਂ ਕਿਹਾ ਬਾਈ ਜੀ ਤੁਸੀਂ? ਉਹ ਕਹਿੰਦਾ ਜੀ ਮੈਂ MLA ਦਾ ਸਾਲਾ। ਉਦੋਂ ਵੀ ਵੱਡੇ ਬੰਦੇ ਆਏ, ਉਦੋਂ ਵੀ ਵੱਡੇ। ਫਿਰ ਮੈਂ ਤੀਜੇ ਬੰਦੇ ਨੂੰ ਪੁੱਛਿਆ, ਹਲਾ ਮੈਂ ਕਿਹਾ ਭਾਈ ਸਾਹਿਬ ਤੁਸੀਂ? ਉਹ ਕੀ ਕਹਿੰਦਾ? ਉਹ ਕਹਿੰਦਾ ਮੈਂ SSP ਦਾ ਸਾਲਾ। ਬੱਲੇ ਬੱਲੇ, ਫਿਰ ਮੈਂ ਵਾਪਸ ਆ ਗਿਆ, ਮੈਂ ਨੌਕਰੀ ਲਈ ਨਹੀਂ। ਹੈ ਲਾਂਤੀਆ, ਤੂੰ ਕਿਉਂ ਵਾਪਸ ਆ ਗਿਆ? ਮੈਂ ਕਿਹਾ ਅੱਜ ਤਾਂ ਸਾਲਿਆਂ ਦੀ ਭਰਤੀ ਆ, ਜਿੱਦੇ ਜੀਜਿਆਂ ਦੀ ਹੋਈ ਉਹਦੇ ਆਵਾਂਗੇ। ਅੱਜ ਤਾਂ ਸਾਲੇ ਹੀ ਇਕੱਠੇ ਕੀਤੇ, ਸਾਡੇ ਪਿੱਛੇ ਦਾ ਜਮਾਨ ਤੇ ਨਹੀਂ ਕੋਈ, ਇਸ ਕਰਕੇ ਫਿਰ ਮੁੜਨਾ ਪੈ ਗਿਆ। ਲਾਂਤੀ ਨਾ ਹੋਏ ਤਾਂ ਲਾਂਤੀਆ, ਕੋਈ ਪ੍ਰਧਾਨ ਮੰਤਰੀ ਦੀ ਸੁਣਾ ਦੇ। ਲੈ ਪ੍ਰਧਾਨ ਮੰਤਰੀ ਦੀ ਸੁਣ ਲਾ, ਸੁਣਾ ਦੇ। ਉਹ ਕਹਿੰਦੇ ਵੀ ਜਦੋਂ ਪ੍ਰਧਾਨ ਮੰਤਰੀ ਨਿੱਕਾ ਸੀ, ਹਾਂ, ਨੇੜੇ ਕਰਕੇ ਆਵਾਜ਼ ਬਾਈ, ਕਹਿੰਦਾ ਨੇੜੇ ਹੋ ਕੇ ਬੋਲ। ਅੱਛਾ, ਆਹਾ, ਕਹਿੰਦੇ ਵੀ ਪ੍ਰਧਾਨ ਮੰਤਰੀ ਜਦੋਂ ਨਿੱਕਾ ਸੀਗਾ ਛੋਟਾ ਸੀ, ਹਾਂ, ਉਦੋਂ ਰੇਲਾਂ 'ਚ ਚਾਹ ਵੇਚਦਾ ਹੁੰਦਾ ਸੀ। ਮੈਂ ਵੀ ਸੁਣਿਆ ਵੇਚਦਾ ਰਿਹਾ ਹੈ। ਤੇ ਵੱਡਾ ਹੋਇਆ, ਪ੍ਰਧਾਨ ਮੰਤਰੀ ਬਣ ਗਿਆ, ਫਿਰ ਪਤੰਦਰ ਰੇਲਾਂ ਹੀ ਵੇਚ ਗਿਆ, ਸਾਰਾ ਮੁਲਕ ਹੀ ਵੇਚੀ ਜਾਂਦਾ, ਜਿਹੜੀ ਕਿਹੜੀ ਚੀਜ਼ ਸੇਲ ਤੇ ਲਾਈ, ਸਕੂਲ ਵੇਚ ਗਿਆ, ਉਹ ਕਾਲਜ ਵੇਚ ਗਿਆ, ਸਾਰਾ ਕੁਝ ਵੇਚ ਗਿਆ। ਸੇਲਸਮੈਨ ਚੰਗਾ, ਸੇਲਸਮੈਨ ਤੋਂ ਸੁਣ ਲਾ, ਕਿਹੜਾ ਚੀਤੇ ਲਿਆ 8? ਕਿੰਨੇ ਦੇ? 100 ਕਰੋੜ ਦੇ। ਇੰਨੇ ਮਹਿੰਗੇ ਚੀਤੇ? ਆਹੋ। ਕਰਦੇ ਕੀ ਹੈ? ਕਰਨਾ ਕੀ ਹੈ, ਕੱਲੀ ਮਿਉਂ ਮਿਉਂ ਕਰਦੇ ਆ, ਹੋਰ ਉਹਨਾਂ ਨੇ ਦੁੱਧ ਦੇਣਾ ਹੀ, ਘਾਹ ਹੀ ਖਾਂਦੇ, ਕੱਲੀ ਲਹਿਰਤੀ ਨਾ ਹੋਵੇ ਤਾਂ। ਹਾਂ ਲਾਂਤੀਆ, ਜੇ ਮੇਰੀ ਮੰਨ ਲੈਂਦੇ। ਹਲਾ ਚੀਤੇ ਕਾਹਨੂੰ ਲਿਆਉਣੇ ਸੀਗੇ? ਹੋਰ ਕੀ ਲਿਆਉਂਦੇ? ਬੱਕਰੀਆਂ ਲਿਆਉਂਦੇ, ਉਹ ਖਾਦੇ ਲਈ। ਓਏ ਉਹਦੇ ਨਾਲ ਸੈੱਲ ਪੂਰੇ ਰਹਿੰਦੇ, ਚੋਣ ਵਾਸਤੇ ਚੰਨੀ ਸਾਹਿਬ ਹੈਗੇ, ਵਾਹਵਾ ਜੀ ਲੱਗਿਆ ਰਹਿਣਾ ਸੀ, ਉਹਦਾ ਤਾਂ ਪਤਾ ਹੀ ਨਹੀਂ ਕਦੋਂ ਚੋਣ ਬਹਿ ਜਾਣੀ ਨਾ ਹੋਵੇ। ਆ ਬਾਜਵਾ ਬਹੁਤ ਸਾਰਾ ਵੇਲਾ ਦੇ ਕੇ ਗਏ ਆ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਆਹ ਲਾਂਤੀਆ, ਹੋਰ ਲਾਂਤੀਆ, ਰਾਜਨੀਤੀ ਦੀਆਂ ਗੱਲਾਂ ਬਹੁਤ ਹੋ ਗਈਆਂ। ਆਹੋ।